ਨੂੰ ਪਿਆਰੇ ਵਿਦਿਆਰਥੀਓ 8ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ ਚੌਥਾ ਅੰਕੜਿਆਂ ਦਾ ਪ੍ਰਬੰਧਨ ਅਭਿਆਸ ਨੰਬਰ 4.1 ਤੇ ਇਸ ਅਭਿਆਸ ਦੇ ਆਖਰੀ ਅਤੇ ਅਗਲੇ 3 ਸਵਾਲ 7ਵਾਂ 8ਵਾਂ 9ਵਾਂ ਇਸ ਵੀਡੀਓ ਵਿੱਚ ਅਸੀਂ ਕਰਾਂਗੇ। ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ, ਸੁਣੋ ਤੇ ਸਮਝੋ। ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਵੋ, ਪਰ ਮਗਰੋਂ ਦੀ ਸਵਾਲਾਂ ਨੂੰ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ। ਸਵਾਲ ਸ਼ੁਰੂ ਕਰੀਏ। ਸੋ ਸਵਾਲ ਹੈ ਬੱਚੋ 7ਵਾਂ ਕਿ ਇੱਕ ਮੁਹੱਲੇ ਦੇ 30 ਘਰਾਂ ਦੇ ਪਾਣੀ ਦੇ ਬਿੱਲ ਰੁਪਿਆਂ ਦੇ ਵਿੱਚ ਹੇਠਾਂ ਦਿੱਤਾ ਗਿਆ ਹੈ। ਉਹਨਾਂ ਦਾ ਬਿੱਲ ਜਿਹੜਾ ਹੈਗਾ ਪਾਣੀ ਦਾ ਬਿੱਲ, ਵੀ ਇੱਕ ਘਰ ਵਿੱਚ ਕਿੰਨਾ ਬਿੱਲ ਆਉਂਦਾ ਹੈ। ਇੱਧਰ ਇਹ 30 ਘਰ ਲੈਣੇ ਉਹਨਾਂ ਨੇ ਤੇ ਵਰਗ ਅੰਤਰਾਲ 10 ਦੀ ਵਰਤੋਂ ਕਰਦੇ ਹੋਏ ਇੱਕ ਵਰਗੀਕ੍ਰਿਤ ਬਾਰੰਬਾਰਤਾ ਸਾਰਣੀ ਬਣਾਓ। ਵਰਗੀਕ੍ਰਿਤ ਦਾ ਮਤਲਬ ਹੈ ਕਿ ਵਰਗ ਅੰਤਰਾਲ ਵਰਤ ਕੇ ਇੱਕ ਫ੍ਰੀਕੁਐਂਸੀ ਟੇਬਲ ਬਣਾਉਣਾ ਹੈ, ਜਿਹਨੂੰ ਕਹਿੰਦੇ ਬਾਰੰਬਾਰਤਾ ਸਾਰਣੀ। ਹੁਣ ਬੱਚਾ ਬਿੱਲ ਦਿੱਤੇ ਹੋਏ ਨੇ 30 ਰੁਪਏ, 32 ਰੁਪਏ, 54 ਰੁਪਏ। ਅਸੀਂ ਦੇਖਦੇ ਹਾਂ ਕਿ ਸਿਫਰ ਬਿੱਲ ਤੇ ਕਿਤੇ ਵੀ ਨਹੀਂ ਹੈਗਾ ਤੇ ਘੱਟ ਤੋਂ ਘੱਟ ਬਿੱਲ ਜਿਹੜਾ ਹੈਗਾ ਅੱਜ ਦਾ ਜਿਹੜਾ 15 ਰੁਪਏ ਹੈਗਾ ਤੇ 14 ਰੁਪਏ ਹੈਗਾ। ਇਹਦਾ ਮਤਲਬ ਹੈ ਕਿ ਅਸੀਂ 10 ਦੇ ਅੰਤਰਾਲ ਤੋਂ ਸ਼ੁਰੂ ਕਰ ਸਕਦੇ ਹਾਂ, 10 ਤੋਂ ਲੈ ਕੇ 20। ਇਹ ਦੇਖੋ 10 ਤੋਂ ਲੈ ਕੇ 20 ਤੱਕ ਦੇ ਹੈ ਸਾਡੇ ਕੋਲ ਅੰਕੜੇ ਇਕੱਠੇ ਹੋ ਗਏ। ਫਿਰ 20 ਦਾ ਇਕੱਲਾ 20 ਹੈਗਾ, 20 ਤੋਂ ਲੈ ਕੇ 30 ਤੱਕ, 30 ਤੋਂ ਲੈ ਕੇ 40 ਤੱਕ, 40 ਤੋਂ ਲੈ ਕੇ 50 ਤੱਕ, 50 ਤੋਂ ਲੈ ਕੇ 60 ਤੱਕ, 60 ਤੋਂ ਲੈ ਕੇ 70 ਤੱਕ, 70 ਤੋਂ ਲੈ ਕੇ 80 ਤੱਕ, 80 ਤੋਂ ਲੈ ਕੇ 90 ਤੱਕ, 90 ਤੋਂ ਲੈ ਕੇ 100, 100 ਤੋਂ ਲੈ ਕੇ 110, 110 ਤੋਂ ਲੈ ਕੇ 120 ਤੱਕ ਦਾ ਸਾਡਾ ਵਰਗ ਅੰਤਰਾਲ ਜਿਹੜੇ ਨੇ ਇਹਦਾ ਬਣਨਗੇ। ਸੋ ਬੱਚਿਓ, ਇਹਨਾਂ ਅੰਕੜਿਆਂ ਵਿੱਚੋਂ ਇਦਾਂ ਰਫ ਦੇ ਵਿੱਚ ਮੈਂ ਇਦਾਂ ਕ੍ਰਮਬੱਧ ਕਰ ਲਿਆ, ਮੇਰਾ ਕੰਮ ਸੌਖਾ ਹੋ ਗਿਆ ਕਿਉਂਕਿ ਇਹਨਾਂ ਨੇ ਸਾਨੂੰ ਸੰਕੇਤ ਦੇ ਦਿੱਤਾ ਕਿ ਤੁਸੀਂ ਵਰਗ ਅੰਤਰਾਲ 10 ਲੈਣਾ ਹੈ। ਤੇ ਮੈਂ ਦੇਖ ਲਿਆ ਬੱਚਿਓ, ਘੱਟ ਤੋਂ ਘੱਟ ਜਿਹੜਾ ਹੈ 14 ਰੁਪਏ ਬਿੱਲ ਤੇ ਆਏ ਹੈਗਾ, ਸਿਫਰ ਤੇ ਆਇਆ ਨਹੀਂ। ਜੇ ਬਿੱਲ ਕਿਸੇ ਦਾ ਸਿਫਰ ਆਇਆ ਹੁੰਦਾ ਜਾਂ 5 ਰੁਪਏ ਵੀ ਆਇਆ ਹੁੰਦਾ, ਫਿਰ ਮੈਂ ਸ਼ੁਰੂ ਕਰਨਾ ਸੀ ਸਿਫਰ ਤੋਂ ਲੈ ਕੇ 10 ਰੁਪਏ ਤੱਕ। ਪਰ ਸਭ ਤੋਂ ਛੋਟਾ ਬਿੱਲ 14 ਰੁਪਏ ਵੇ, ਇਸ ਕਰਕੇ ਮੈਂ 10 ਤੋਂ 20 ਰੁਪਏ ਤੱਕ ਦਾ ਅੰਤਰਾਲ ਜਿਹੜਾ ਹੈ ਉਹ ਪਹਿਲਾ ਜਿਹੜਾ ਹੈ ਵਰਗ ਬਣੇਗਾ, ਉਹ ਇਦਾਂ ਬਣੇਗਾ। ਠੀਕ ਹੈ, ਔਰ ਦੇਖੀਏ ਹੁਣ ਬਸ ਇੰਨਾ ਕੰਮ ਜੇ ਹੋ ਗਿਆ ਤੇ ਸਾਡੇ ਕੋਲ ਸਾਰਣੀ ਜਿਹੜੀ ਬਣਾਉਣੀ ਹੈ ਉਹ ਬੜੀ ਸੌਖੀ ਹੈ। ਸੋ ਬੱਚਿਓ, ਇੱਥੇ ਅੰਕੜੇ ਆਪਣੇ ਹਵਾਲੇ ਵਾਸਤੇ ਤਾਂ ਕਿ ਦੇਖ ਕੇ ਅਸੀਂ ਇਹਨੂੰ ਇੰਨਾ ਮੇਲ ਕਰ ਸਕੀਏ, ਮੈਂ ਇੱਥੇ ਫੇਰ ਲਿਖ ਦਿੱਤੇ ਨੇ, ਇਹ ਅੰਕੜੇ ਇੱਦਾਂ ਲਿਖ ਦਿੱਤੇ ਸਾਰੇ 30 ਘਰਾਂ ਦੇ। ਸੋ ਬੱਚਿਓ, ਅਸੀਂ ਦੇਖਦੇ ਹਾਂ 10 ਤੋਂ ਲੈ ਕੇ 20 ਰੁਪਏ ਤੱਕ ਕਿੰਨੇ ਘਰਾਂ ਦਾ ਬਿੱਲ ਆਇਆ। ਤਿੰਨ, ਇੱਕ ਦੋ ਤਿੰਨ ਘਰਾਂ ਦਾ ਬਿੱਲ ਆਇਆ। ਠੀਕ ਹੈ, ਇੱਥੇ ਤਿੰਨ ਡੰਡੇ ਲਾਤੇ, ਮਿਲਾਨ ਚਿੰਨ੍ਹ ਤੇ ਨਾਲ ਬਾਰੰਬਾਰਤਾ 3 ਹੋ ਗਈ। ਤੇ 20 ਅਸੀਂ ਜਾਣਦੇ ਹਾਂ ਬੱਚੋ, 20 ਹੈਗਾ ਜਿਹੜੀ ਹੇਠਲੀ ਸੀਮਾ ਹੈਗੀ ਹੈ ਜਿਹੜੀ ਹੈ ਉਹਨੂੰ ਗਿਣਿਆ ਜਾਂਦਾ ਹੈ। ਮਤਲਬ ਕਿ ਜਿਹੜੀ ਸੰਖਿਆ ਆ ਜਾਵੇ ਤੇ ਉਹ ਹੇਠਲੀ ਸੀਮਾ ਨਾਲ ਮੇਲ ਖਾਂਦੀ ਹੈ ਤੇ ਉਹਨੂੰ ਅਸੀਂ ਲਿਖਣਾ ਹੈ। ਮਤਲਬ ਕਿ ਕਿਸੇ ਵਰਗ ਅੰਤਰਾਲ ਦੀ ਉੱਪਰਲੀ ਸੀਮਾ ਜਿਹੜੀ ਹੈ ਉਹਨੂੰ ਨਹੀਂ ਲਿਖਣਾ। 10 ਤੋਂ 20, 20 ਇੱਥੇ ਵੀ ਹੈਗਾ ਤੇ 20 ਇੱਥੇ ਵੀ ਹੈਗਾ, ਤੇ ਜਿਹੜੀ ਉੱਪਰਲਾ ਵਰਗ ਹੈਗਾ ਮਤਲਬ ਕਿ ਅਗਲਾ ਜਿਹੜਾ ਵੱਡੇ ਵਾਲਾ, ਉਹਦਾ ਜਿਹੜਾ ਸਟਾਰਟਿੰਗ ਖੱਬੇ ਤੋਂ ਜਿਹੜਾ ਹੈਗਾ ਨਾ, ਅਸੀਂ ਉਹ 'ਚ ਇਹਨੂੰ 20 ਨੂੰ ਲਿਖਣਾ, 20 ਨੂੰ ਇਹਦੇ ਵਿੱਚ ਨਹੀਂ ਲਿਖਣਾ। ਸੋ 20 ਵਾਲਾ ਇੱਕ ਹੋਏਗਾ, 20 ਤੋਂ 30 ਦਾ ਇੱਕੋ ਗਰੁੱਪ ਹੈ, ਇੱਕ ਲਿਖ ਦਿੱਤਾ। ਫਿਰ 30 ਤੋਂ ਲੈ ਕੇ ਬੱਚਿਓ 40 ਤੱਕ ਇਹ 4 ਹੈਗੇ ਨੇ, ਸੋ 4 ਲਿਖ ਦਿੱਤੇ। 40 ਤੋਂ ਲੈ ਕੇ 50 ਤੱਕ ਵੀ 4 ਘਰ ਹੈਗੇ ਨੇ, ਸੋ 4 ਘਰ ਲਿਖ ਦਿੱਤੇ। 50 ਤੋਂ 60 ਤੱਕ ਇੱਕੋ ਘਰ ਹੈ, 54, ਇਹ ਇੱਕ ਲਿਖ ਦਿੱਤਾ। ਫਿਰ 60 ਤੋਂ ਲੈ ਕੇ 70 ਤੱਕ ਦੋ ਘਰ ਨੇ, ਦੋਨਾਂ ਦਾ 66 ਰੁਪਏ ਬਿੱਲ ਹੈਗਾ, ਸੋ ਇਹਦੇ ਦੋ ਡੰਡੇ ਲਾ ਦਿੱਤੇ। ਫਿਰ ਬੱਚਿਓ 70 ਤੋਂ 80 ਲੈ ਕੇ ਤੇ 5 ਘਰ ਹੈਗੇ ਨੇ, ਸੋ 1, 2, 3, 4 ਤੇ 5, ਇਹ 5 ਡੰਡੇ ਲਾ, 5 ਡੰਡੇ ਹੋ ਗਏ। ਠੀਕ ਹੈ, 4 ਖੜੇ ਤੇ 5ਵਾਂ ਕੱਟ ਕੇ ਇਦਾਂ। ਹੁਣ ਅਗਲਾ ਆ ਗਿਆ ਬੱਚਿਓ, ਜਿੱਦਾਂ 80 ਤੋਂ ਲੈ ਕੇ 90 ਤੱਕ 3 ਘਰ ਨੇ, ਸੋ 80 ਤੋਂ 3 ਘਰ ਕਰਤੇ। ਠੀਕ ਹੈ, ਫਿਰ 90 ਤੋਂ ਲੈ ਕੇ 100 ਤੱਕ 2 ਘਰ ਨੇ, 2 ਘਰ। 100 ਤੋਂ ਲੈ ਕੇ 110 ਤੱਕ 2 ਘਰ ਨੇ, ਤੇ 110 ਤੋਂ ਲੈ ਕੇ 120 ਤੱਕ 3 ਘਰ ਨੇ। ਹੁਣ ਦੇਖੋ 110 ਜਿਹੜਾ ਬੱਚਿਓ, ਇਹ 110 ਇਹਦੇ ਵਿੱਚ ਨਹੀਂ ਆਏਗਾ, 110 ਇਦਾਂ ਆਏਗਾ। ਤੁਸੀਂ ਇਹ ਦੇਖਣਾ ਜਿਹੜੀ ਥੱਲੜੀ ਵੱਡੀ ਵਾਲੀ ਵਰਗ ਹੈਗਾ ਉਹਦੇ ਵਿੱਚ ਆਏਗਾ, ਜਾਂ ਜਿਹੜਾ ਖੱਬੇ ਪਾਸੇ ਜਿਹੜਾ ਬਾਰਡਰ ਹੈਗਾ ਤੁਹਾਡਾ, ਉਹਨੂੰ ਅਸੀਂ ਲੈ ਕੇ ਚੱਲਣਾ ਹੈ, ਉਹਦੇ ਵਿੱਚ ਜਿਹੜੀ ਹੈ ਉਹਦਾ ਅੰਕੜਾ ਜਿਹੜਾ ਹੈ ਦਿਖਾਉਣਾ ਹੈ। ਠੀਕ ਹੈ, ਸੋ ਇਹ ਬੱਚੋ ਸਾਡਾ 7ਵਾਂ ਸਵਾਲ ਦੀ ਸਾਰਣੀ ਜਿਹੜੀ ਸੀ ਬਾਰੰਬਾਰਤਾ ਦੀ, ਉਹ ਤਿਆਰ ਹੋ ਗਈ। ਆਓ ਅਗਲਾ ਸਵਾਲ ਦੇਖੀਏ ਹੁਣ। ਅਗਲਾ ਸਵਾਲ ਹੈ ਬੱਚੋ 8ਵਾਂ, 30 ਵਿਦਿਆਰਥੀਆਂ ਦੇ ਸਮੂਹ ਦੁਆਰਾ ਇੱਕ ਟੈਸਟ ਵਿੱਚ ਪ੍ਰਾਪਤ ਅੰਕਾਂ ਦਾ ਵਰਗ ਅੰਤਰਾਲ 0 ਤੋਂ 5, 5 ਤੋਂ 10 ਆਦਿ ਦੀ ਵਰਤੋਂ ਕਰਕੇ ਬਾਰੰਬਾਰਤਾ ਸਾਰਣੀ ਬਣਾਓ। ਸੋ ਬੱਚਿਓ, ਇਹ ਅੰਕ ਦਿੱਤੇ ਹੋਏ ਨੇ, ਠੀਕ ਹੈ ਜੀ, ਤੇ ਇੱਥੇ ਅੰਕ 0 ਵੀ ਆਇਆ, ਉਹਨੇ ਵੈਸੇ ਕਹਿ ਵੀ ਦਿੱਤਾ 0 ਤੋਂ ਲੈ ਕੇ ਬਣਾਓ, ਤੇ ਅੰਕ 0 ਵੀ ਆਇਆ ਕਿਸੇ ਦਾ। ਠੀਕ ਹੈ ਨਾ, ਇੱਥੇ ਦੇਖੋ, ਇੱਥੇ ਇਹ 0 ਅੰਕ ਆਇਆ, ਮਤਲਬ ਕਿ ਅੰਡਾ ਆਇਆ ਪੂਰਾ। ਠੀਕ ਹੈ, ਸੋ 0 ਤੋਂ ਲੈ ਕੇ 5 ਤੱਕ ਇਹ ਬਣ ਜਾਏਗਾ, 5 ਤੋਂ ਲੈ ਕੇ 10 ਤੱਕ ਇਹ ਬਣ ਜਾਏਗਾ, 10 ਤੋਂ 15 ਤੱਕ ਇਹ ਬਣ ਜਾਏਗਾ, 15 ਤੋਂ 20 ਤੱਕ ਇਹ ਬਣ ਜਾਏਗਾ, ਫਿਰ 20 ਤੋਂ 25 ਇਹ ਅੰਕੜੇ ਬਣ ਜਾਣਗੇ, 25 ਤੋਂ 30 ਤੱਕ ਇਹ ਬਣ ਜਾਣਗੇ, 30 ਤੋਂ 35 ਤੱਕ ਇਹ ਬਣ ਜਾਣਗੇ,
35 तो 40, 40 तो 45, 45 तो 50, ते 50 तो ऊपर 55 तक। इस तरह बच्चों 50 जड़ा है 50 तो 55 दे विच आएगा। सो ये अंकड़िया नु बच्चों थोड़ा जा इधर मैं गैप दे देता ताकि मेरा वर्गीकरण सौखा हो जाए, वो गुट बनाने सौखे हो जाए। ए मैं तुम्हें पहले भी कहा है तुसी इस अंकड़िया तो लेके सीधी सारणी बना सकते हो, पर जे तुसी यह कर लवोगे तुहाडा काम सौखा हो जाएगा। आओ बच्चों इन अंकड़िया नु अगली स्लाइड च भी लिखांगे ते नाल सारणी बनावांगे ते देखांगे सारणी किदां बनदी है। सो बच्चों सारणी साडी बन गई, अंकड़े मैं इत्थे लिख दित्ते ने। इत्थे लिखणा हुण अंक, पिछले सवाल च लिखना सी बिल, इत्थे मिलान चिन्ह उही रहेगा, बारंबारता उही रहेगी। ए देखो सिफर तो लैके पंज तक बच्चों एक बच्चे दे सिफर आए ने, सिफर तो लैके पंज तक इत्थे एक लिख दिता, फिर पंज तो लैके 10 तक पंज बच्चे ने, ठीक है पंज लिख दिता, 10 तो लैके 15 तक तीन बच्चे ने, तीन लिख दिता, 15 तो लैके 20 तक पंज आ गए ने, फिर पंज लिख दिता इतने, फिर 20 तो लैके 25 तक चार ने, 20 तो 25 लैके चार, 25 तो लैके 30 तक तीन आ गए ने, 30 तो लैके 35 तक दो आ गए ने, 35 तो 40 तक दो आ गए ने, फिर दोबारा 40 तो 45 तक फिर दो आ गए ने, तो 45 तो 50 तक फिर दो आ गए ने, तो 50 तो लैके 55 तक, 50 इतने नहीं आएगा इतने आएगा, ठीक है 50 तो लैके 55 तक एक बच्चा आएगा जेदे कि 50 चो 50 नंबर आए ने, ठीक है बच्चों मतलब कि पूरे मतलब 50 अंक आए ने, मतलब कि ठीक है 30 बच्चों ने टेस्ट सेगा। सो इस तरह बच्चों साड़ी है बारंबारता, और इसे जोड़ लेंगे एक और पांच छे और तीन नौ और पांच 14 और चार 18 तीन 21 दो 23 दो 25 दो 27 दो 29 और 31, ए 30 विद्यार्थी भी पूरे बन गए। सो यह साढ़े बच्चों सत्तवा और अठवां सवाल हो गया। आओ हूँ अठवां नवा सवाल करा आप जोड़ा कि बहुविकल्पी प्रश्न ने निशान में ला दिते हैं, पर नाल मैं उन्होंने एक्सप्लेन करा कि वो जवाब किमें आए हैं, असं तुक्का बिल्कुल नहीं लाना, तुक्का बिल्कुल नहीं लाना, हर गल समझना है बहुविकल्पी प्रश्न। सो वर्ग अंतराल 20 तो 30 की उपरली सीमा है कि बच्चे उपरली सीमा होंगी है सज्जे पासे वाली, ठीक है ए वाली 30, सो यदा जवाब है 30। फिर 25 तो 30 की हेठली सीमा है, वर्ग सीमा है हेठली होंगी जी खब्बे पासे लिखी होंगी है 25 है, सो जवाब है ए। सो बच्चों यह हो गया जो वर्ग अंतराल लिखा जाता है ए खब्बे पासे जी संख्या लिखी होंगी है इन्हू क्या जाता है हेठली वर्ग सीमा, हेठली मतलब थले वाली ए संख्या घट होंगी है, यह होंगी उपरली वर्ग सीमा। तो बच्चे बड़ा सौखा है, एक बार सबू जो पता लग जाए तो फिर ए ज्यादा कोई दिमाग खर्ची करने की लड़ नहीं, यह किस्म की साड़ी गणित की भाषा है जो शब्दावली है जिसे बारे सूँ जान पछाण होनी चाहिए है, क्योंकि यही शब्दावली शब्दावली सवालों में वरती जाएगी, जे साड़ी उन्हें जान पछाण नहीं होगी फिर सूँ सवाल समझ नहीं आएगा, ठीक है। अगला देखिए 40 तो 60 का वर्ग अंतराल है, वर्ग अंतराल की होंगे वर्ग माप है, 40 तो 60 में कितना अंतर है, 60 से 40 घटा दो 20, यह जवाब आ गया बस। बस अंतराल का मतलब है दोनों का अंतर, 60 में 40 घटाता तो 20 आ गया, जिमें असी उपरला सवाल किया अंतराल 5 सेगा, उस तो बिल्ला वाला जो किया अंतराल 10 सेगा, इतने अंतराल 60 से 40 गया 20 हैगा, ठीक है। फिर कहते 100 तो 150 का वर्ग चिन्ह है, वर्ग चिन्ह होंगे बच्चों यह दोनों नु जोड़ दो ते दो ना भाग कर दो, 100 जमा 150 कितना होंगे 250, तो 250 बटा दो कितना होंगे 125, सो यह साड़ा जवाब आ गया डी 125। मतलब कि यह याद रखना है वर्ग चिन्ह का मतलब है यह दोनों नु जोड़ना है, ऐसे जवानी जुड़ जाता है बच्चों ज्यादातर इस गिनती जी होंगी है वो पांच का अंतराल या वो पांच का गुणज हों या 10 का गुणज हों, सो इस करके जवानी जोड़ना सौखा है। सो यह देखो 100 जमा 150 250, तो 250 का अद्धा कितना हो गया 200 का अद्धा 100, 50 का अद्धा 25, 100 जमा 25 125, सो ऐसे इदा हो गया, यह साड़ा जवाब आ गया, ठीक है। अगले सवाल देखिए अगला कहते हैं वर्ग अंतराल 0 तो 10, 10 तो 20, 20 तो 30 हन लगातार, यह वर्ग अंतराल लगातार हन, यह मतलब कि जड़ा पहले वर्ग का उपरली सीमा है वो अगले वर्ग की हेठली सीमा हो गया। देखो 10 इतने भी आया फिर 10 शुरुआत इतने आ गया, इतने भी आया इतने फिर भी आया, इनू कहते हैं लगातार वर्ग अंतराल, ठीक है बच्चे। फिर अगला आएगा इतने खाली थान भरना है, तो खाली थान च की आएगा, देखो सानू दिते अंकड़िया बार बार आई संख्या में दर्शाता है, वो की होंगे बच्चे उन्होंने कहते बारंबारता जिन्होंने कहते फ्रीकुएंसी, जवाब है अर्थात बारंबारता जी है वो सानू अंकड़िया की दोहराई जोड़े अंकड़े बार बार आते हैं बार बार आई जो ए, ए, संख्या है उन्होंने दोहराता है उन्होंने दसदा है उन्होंने दर्शाता है उन्होंने प्रकट करता है, उस चीज़ को क्या जाता है बारंबारता। यह बारंबारता के जोड़ा शब्द है उसमें पता लगता है जी चीज़ बार बार हो रही होना क्या जाता है बारंबारता, अर्थात सानू दिते अंकड़िया बार बार आई संख्या दर्शाता है उन्होंने कहते हैं बारंबारता।
ਫਿਰ ਜੇਕਰ ਵਰਗੀਕ੍ਰਿਤ ਅੰਕੜਿਆਂ ਵਰਗ ਅੰਤਰਾਲ 50 ਤੋਂ 60 ਹੋਵੇ ਤਾਂ ਹੇਠਲੀ ਵਰਗ ਸੀਮਾ, ਐਸੀ ਬੱਚੇ ਪਹਿਲੇ ਵੀ ਇਹ ਸਵਾਲ ਆਇਆ ਵਾਲਾ, ਹੇਠਲੀ ਵਰਗ ਸੀਮਾ ਜੀ 50 ਖੱਬੇ ਪਾਸੇ ਵਾਲੀ, ਇਹ 50 ਜਵਾਬ ਹੈਗਾ। ਫਿਰ ਮਿਲਾਨ ਚਿੰਨ੍ਹ ਹੇਠ ਲਿਖੇ ਵਿੱਚੋਂ ਕੀ ਪਤਾ ਕਰਨ ਲਈ ਵਰਤੇ ਜਾਂਦੇ ਹਨ? ਬਾਰੰਬਾਰ ਤਾਂ ਅਸੀਂ ਦੇਖਦੇ ਹੀ ਹਾਂ, ਉਹ ਜਿਹੜੇ ਮਿਲਾਨ ਚਿੰਨ੍ਹ ਹੁੰਦੇ ਨੇ ਡੰਡੇ ਪਾਏ ਹੁੰਦੇ ਨੇ, ਜਿੰਨੇ ਡੰਡੇ ਪਾਣੇ ਨੇ ਉਨੀ ਬਾਰੰਬਾਰਤਾ ਅਸੀਂ ਲਿਖ ਦਿੰਦੇ ਹਾਂ। ਦੋ ਡੰਡੇ ਪਾਣੇ ਤੇ ਬਾਰੰਬਾਰਤਾ 2 ਹੋ ਗਈ, 3 ਡੰਡੇ ਪਾਏ ਤੇ ਜਿਹੜੀ ਬਾਰੰਬਾਰਤਾ 3 ਹੋ ਗਈ, 4 ਡੰਡੇ ਪਾਏ ਮਿਲਾਨ ਚਿੰਨ੍ਹਾਂ ਦੇ ਤੇ ਇਹਦਾ ਮਤਲਬ ਬਾਰੰਬਾਰਤਾ 4 ਹੋ ਗਈ। 4 ਡੰਡੇ ਪਾ ਕੇ ਇੱਕ ਨੂੰ ਡੰਡਾ ਲੇਟਵਾਂ ਪਾਤਾ ਕੱਟ ਦਿੱਤਾ ਤੇ 5 ਹੋ ਗਏ ਤੇ ਬਾਰੰਬਾਰਤਾ 5 ਹੋ ਗਈ। ਸੋ ਸਾਫ਼ ਹੈ ਬੱਚਿਓ ਕਿ ਮਿਲਾਨ ਚਿੰਨ੍ਹ ਜਿਹੜੇ ਨੇ ਉਹ ਬਾਰੰਬਾਰਤਾ ਲਈ ਨੂੰ ਪਤਾ ਕਰਨ ਲਈ ਵਰਤੇ ਜਾਂਦੇ ਨੇ। ਠੀਕ ਹੈ, ਅੱਗੇ ਚਲੀਏ। ਅਗਲਾ ਆਖਰੀ ਸਵਾਲ ਹੈ ਬੱਚੋ ਇਹਦਾ, ਇਹਦੇ ਅੱਗੇ 4 ਭਾਗ ਨੇ। ਕਹਿੰਦੇ ਹੇਠ ਦਿੱਤੀ ਸਾਰਣੀ ਦਾ ਅਧਿਐਨ ਕਰੋ ਅਤੇ ਪ੍ਰਸ਼ਨਾਂ ਦੇ ਉੱਤਰ ਦਿਓ। ਜਿਹੜੇ ਉੱਤਰਲੇ ਸਵਾਲ ਕੀਤੇ ਨੇ ਉਹਨਾਂ ਰਲਦੇ ਮਿਲਦੇ ਨੇ। ਕਹਿੰਦੇ ਵਰਗ ਅੰਤਰਾਲ ਦਾ ਮਾਪ ਕਿੰਨਾ ਹੈ? ਮਾਪ ਦਾ ਮਤਲਬ ਹੁੰਦਾ ਬੱਚੋ ਇਹ ਅੰਤਰ, ਵਰਗ ਅੰਤਰਾਲ। ਠੀਕ ਹੈ, 10 ਚੋਂ 5 ਗਿਆ 5, 15 ਚੋਂ 10 ਗਿਆ 5, 20 ਚੋਂ 15 ਗਿਆ 5, 25 ਚੋਂ 20 ਗਿਆ 5, 30 ਚੋਂ 25 ਗਿਆ 5, 35 ਚੋਂ 30 ਗਿਆ 5। ਮਤਲਬ ਕਿ ਇਹ ਜੋ ਅੰਤਰ ਹੈ, ਅੰਤਰਾਲ ਹੈ, ਉਹਨੂੰ ਮਾਪ ਵੀ ਕਹਿ ਦਿੰਦੇ ਹਾਂ, ਇਹਨੂੰ ਅਸੀਂ ਕਲਾਸ ਇੰਟਰਵਲ ਜਾਂ ਕਲਾਸ ਸਾਈਜ਼ ਵੀ ਕਹਿ ਦਿੰਦੇ ਹਾਂ। ਸੋ ਇਹਨੂੰ ਕਹਿੰਦੇ ਹਾਂ 5, ਇਹ 5 ਇਹਦਾ ਇਹਦਾ ਜਵਾਬ ਹੈਗਾ ਏ। ਅੱਗੇ ਚਲੀਏ, ਅਗਲਾ ਆ ਗਿਆ ਬੀ। ਕਹਿੰਦੇ ਕਿਸ ਵਰਗ ਅੰਤਰਾਲ ਦੀ ਬਾਰੰਬਾਰਤਾ ਸਭ ਤੋਂ ਵੱਧ ਹੈ? ਸੋ ਬੱਚੇ ਦੇਖ ਲਓ, ਬਾਰੰਬਾਰਤਾ ਸਭ ਤੋਂ ਵੱਧ ਕਿੱਥੇ ਹੈਗੀ ਹੈ? ਹੈਗੀ 25, ਸਭ ਤੋਂ ਵੱਧ ਹੈ ਨਾ 25। 25 ਤੋਂ ਵੱਧ ਤਾਂ ਕੋਈ ਨਹੀਂ ਹੈਗਾ। ਸੋ 25 ਨੂੰ ਇਹਦਾ ਲੈ ਚਲੋ, ਇੱਥੇ ਕਿਹੜਾ ਕਿਹੜਾ ਅੰਤਰਾਲ ਹੈ? 1520, 1520। ਸੋ 1520 ਵਰਗਾ ਅੰਤਰਾਲ ਸਭ ਤੋਂ ਵੱਧ ਹੈ। ਸੋ ਇਹਦਾ ਬਸ ਜਵਾਬ ਆ ਗਿਆ ਬੜਾ, ਬਸ ਇੰਨਾ ਸੌਖਾ ਹੈ ਬੱਚੇ, ਦੇਖੋ ਨਾ। ਫਿਰ ਆ ਗਿਆ ਸੀ। ਕਹਿੰਦੇ ਕਿਸ ਵਰਗ ਅੰਤਰਾਲ ਦੀ ਬਾਰੰਬਾਰਤਾ ਸਭ ਤੋਂ ਘੱਟ ਹੈ? ਬਸ ਉਹ ਸਭ ਤੋਂ ਵੱਧ ਸੀ, ਇਹ ਸਭ ਤੋਂ ਘੱਟ ਕਿਹੜੀ ਹੈ? 6। ਸੋ ਹੈਗੀ ਹੈ 30 ਤੋਂ 35। ਸੋ 30 ਤੋਂ 35 ਵਰਗ ਅੰਤਰਾਲ ਦੀ ਬਾਰੰਬਾਰਤਾ ਸਭ ਤੋਂ ਘੱਟ ਹੈ। ਕਿੰਨਾ ਸੌਖਾ ਹੈ ਬੱਚੇ, ਟੇਬਲ ਦੇਖਣਾ, ਸਾਰਣੀ ਦੇਖਣੀ ਹੈ, ਪੜ੍ਹਨਾ, ਜਵਾਬ ਦੇ ਕੇ ਨਾਲ ਦੇ ਨਾਲ ਦੇ ਰਹਿਣਾ, ਪੂਰੇ ਵਟਾ ਪੂਰੇ ਨੰਬਰ। ਆਖਰੀ ਆ ਗਿਆ। ਫਿਰ ਕਹਿੰਦੇ ਕਿਹੜੇ ਦੋ ਵਰਗ ਅੰਤਰਾਲ ਦੀ ਬਾਰੰਬਾਰਤਾ ਇੱਕ ਸਮਾਨ ਹੈ? ਹੁਣ ਦੇਖੋ ਕਿੱਥੇ ਇੱਕੋ ਸਮਾਨ ਹੈਗੇ ਨੇ, 8 ਇੱਕ ਵਾਰ ਆਇਆ, 10 ਦੋ ਵਾਰ ਆ ਗਿਆ। ਦੇਖੋ 10 ਤੇ 10 ਵਰਗ ਅੰਤਰਾਲ ਦੀ ਸਮਾਨ ਹੋ ਗਈ। ਇੱਕ ਹੈਗੀ 10 ਤੋਂ 15, ਦੂਸਰੀ ਹੈਗੀ 20 ਤੋਂ 25। ਹੁਣ ਦੇਖੋ ਕਿੱਥੇ ਹੈਗੀ 10 ਤੋਂ 15 ਤੇ 20 ਤੋਂ 25, 10 ਤੋਂ 15 ਅਤੇ 20 ਤੋਂ 25। ਆ ਗਿਆ ਬਸ, ਇੱਥੇ ਟੀਕਾ ਲਗਾਤਾ, ਇਹ ਸਾਡਾ ਜਵਾਬ ਆ ਗਿਆ। ਸੋ ਬੱਚੋ ਕਿੰਨੇ ਸੌਖੇ ਨੇ ਦੇਖੋ ਸਵਾਲ ਹੈ ਬੜਾ। ਇਹ ਪਾਠ ਜਿਹੜਾ ਹੈ ਅੰਕੜਿਆਂ ਦਾ ਪ੍ਰਬੰਧਨ ਤੇ ਬਹੁਤ ਹੀ ਸੌਖਾ ਹੈ, ਪਰ ਜਿਵੇਂ ਪਹਿਲੇ ਵੀ ਕਿਹਾ ਇਹ 'ਚੋਂ ਸਵਾਲ ਜ਼ਰੂਰ ਆਉਂਦੇ ਨੇ। ਅਤੇ ਇਸ ਪਾਠ ਨੂੰ ਤਾਂ ਚੰਗੀ ਤਰ੍ਹਾਂ ਤੁਸੀਂ ਮਣੀ ਪਾਣੀ ਵਾਂਗੂ ਘੋਟ ਲਿਓ, ਚੰਗੀ ਤਰ੍ਹਾਂ ਕਰ ਲਿਓ ਚੰਗੀ ਤਰ੍ਹਾਂ, ਅਤੇ ਪੂਰੇ ਵੱਡਾ ਪੂਰੇ ਨੰਬਰ ਤੁਹਾਡੇ ਇਹਨਾਂ 'ਚ ਆਉਣਗੇ। ਸੋ ਪਿਆਰੇ ਵਿਦਿਆਰਥੀਓ, ਇਸ ਵੀਡੀਓ ਦੇ ਨਾਲ ਸਾਡਾ ਅਭਿਆਸ ਨੰਬਰ 4.1 ਇੱਥੇ ਹੀ ਖਤਮ ਹੁੰਦਾ ਹੈ। ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ, ਉਤਸ਼ਾਹ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ, ਅਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।